रहमान रहीम, अस्सलाम वालेकुम। कैसे भी तुसी अल्लाह ताला तुहानू खुश रखे, शाद रखे, बाद रखे। अल्लाह ताला तुहाडी सारियां नेक तमन्ना जिहड़ियां पूरियां करे। ते अज मैं बनावांगी वीडियो पंजाबी दे विच, ते अज मैं किचन च वां, ते 10 मिंट रैसपी जिहड़ी है तुहाडे नाल शेयर करांगी। ते 10 मिंटां च बनना होई रैसपी जिहड़ी है, किस तरह असीं बना के ते मिठे दे विच खा सकने, कोई मेहमान आए ते जल्दी जल्दी असीं बना सकने। ਤੇ ਵੀਰ, ਕੱਲ੍ਹ ਤੁਹਾਨੂੰ ਅਸੀਂ ਦੱਸਿਆ ਸੀ ਕਿ ਅਸੀਂ ਆਪਣੇ ਬੱਚੇ ਖਾਨੇ ਦੀ ਜਿਹੜਾ ਦਰਵਾਜ਼ਾ, ਉਹਦੀ ਜਾਲੀ ਟੁੱਟੀ ਤਾਂ ਜਾਲੀ ਲਵਾਉਣ ਲੱਗੇ, ਤਾਂ ਜਾਲੀ ਅਸੀਂ ਲਵਾ ਲਈ, ਤਾਂ ਵੀ ਤੁਹਾਨੂੰ ਇਹ ਜਾਲੀ ਅਸੀਂ ਦਰਵਾਜ਼ੇ ਨੂੰ ਲਵਾ ਲਈ ਹੈ। ਅਤੇ ਦਰਵਾਜ਼ਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲੇ ਫਿੱਟ ਹੋਵੇ, ਉਸ ਤਰ੍ਹਾਂ ਦੁਬਾਰਾ ਅਗਰ ਦੁਬਾਰਾ ਲਾ ਕੇ ਲਾਇਆ ਜਾਵੇ ਦਰਵਾਜ਼ਾ, ਤਾਂ ਫਿਰ ਉਸ ਤਰ੍ਹਾਂ ਫਿੱਟ ਨਹੀਂ ਆਉਂਦਾ। ਅਤੇ ਇਹ ਬੜੀ ਮੁਸ਼ਕਲ ਦੇ ਨਾਲ ਜਿਹੜਾ ਬੱਚਾ ਆਇਆ ਸੀ, ਉਹਨੇ ਲਾਇਆ 2-3 ਵਾਰੀ ਉਹਨੇ ਦਰਵਾਜ਼ਾ ਲਾਇਆ, ਅਤੇ ਲੇਕਿਨ ਕੁੰਡੀ ਨਹੀਂ ਸੀ ਵੱਜਦੀ। ਅਤੇ ਫਿਰ ਉਹਨੇ ਲਾ ਕੇ, ਅਤੇ ਉਹਨੇ ਜਿਹੜੇ ਕਬਜ਼ੇ ਇਸ ਤਰ੍ਹਾਂ ਬਾਹਰ ਨੂੰ ਕਰਕੇ ਲਾਏ ਨੇ, ਅਤੇ ਫਿਰ ਦਰਵਾਜ਼ਾ ਲੱਗਾ। ਅਤੇ ਇਹ ਹੁਣ ਪੂਰਾ ਖੋਲ੍ਹਦਾ ਨੀਗਾ, ਇਹਨੂੰ ਬੜੀ ਤਿਆਤ ਨਾਲ ਖੋਲ੍ਹਣਾ ਪੈਣਾ। ਅਗਰ ਜੇ ਅਸੀਂ ਪੂਰਾ ਖੋਲ੍ਹਾਂਗੇ, ਤਾਂ ਕਬਜ਼ੇ ਟੁੱਟਣ ਦਾ ਵੀ ਖਤਰਾ ਹੋ ਸਕਦਾ। ਅਤੇ ਹੁਣ ਅਸੀਂ ਰੈਸਪੀ ਵੱਲ ਆ ਗਏ ਹਾਂ। ਅਤੇ ਇਹ ਮੈਂ ਬ੍ਰੈਡ ਦੇ 8 ਜਿਹੜੇ ਸਲਾਈਸ ਲਿੱਤੇ ਨੇ, ਅਤੇ ਉਹਨਾਂ ਨੂੰ ਮੈਂ ਇਸ ਤਰ੍ਹਾਂ ਟੁਕੜਿਆਂ 'ਚ ਕੱਟ ਲਿਆ। ਅਤੇ ਹੁਣ ਪੈਨ ਮੈਂ ਚੁੱਲ੍ਹੇ 'ਤੇ ਰੱਖਿਆ, ਅਤੇ ਘਿਓ ਮੈਂ ਵਿੱਚ ਪਾਇਆ ਸੀ, ਅਤੇ ਉਹ ਹੋ ਗਿਆ ਗਰਮ। ਅਤੇ ਇਹਨਾਂ ਨੂੰ ਅਸੀਂ ਫਰਾਈ ਕਰਨੇ ਆ। ਵੀਰ, ਅੱਜ ਮੈਂ ਤੁਹਾਨੂੰ ਆਸਾਨ ਪੰਜਾਬੀ ਜ਼ਬਾਨ ਦੇ ਵਿੱਚ ਜਿਹੜੀ ਰੈਸਪੀ ਦੱਸਣ ਲੱਗੀ ਹਾਂ। ਅਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਅਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ, ਅਤੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਨਾ। ਅਤੇ ਜਿਹੜਾ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਲਿਖਿਆ ਹੁੰਦਾ ਲਾਲ ਰੰਗ ਦੇ ਵਿੱਚ, ਉਹਨੂੰ ਤੁਸੀਂ ਸਬਸਕ੍ਰਾਈਬ ਕਰ ਦੇਣਾ। ਉਸ ਤੋਂ ਬਾਅਦ ਬੈਲ ਦਾ ਬਟਨ, ਉਹਨੂੰ ਵੀ ਤੁਸੀਂ ਕਲਿੱਕ ਕਰ ਦੇਣਾ, ਅਤੇ ਉਸ ਤੋਂ ਬਾਅਦ ਆਲ ਆ ਜਾਏਗਾ, ਅਤੇ ਆਲ 'ਤੇ ਵੀ ਤੁਸੀਂ ਜਿਹੜਾ ਕਲਿੱਕ ਕਰ ਦੇਣਾ, ਅਤੇ ਇਸ ਤਰ੍ਹਾਂ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਹੋ ਜਾਏਗਾ। ਅਤੇ ਅਗਰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਦੋਂ ਵੀ ਵੀਡੀਓ ਪਾਇਆ ਕਰਾਂਗੀ, ਤਾਂ ਤੁਹਾਨੂੰ ਉਸੇ ਵੇਲੇ ਮਿਲ ਜਾਇਆ ਕਰੇਗਾ। ਵੀਰ, ਜਿਹੜੇ ਮੈਂ ਪੀਸ ਪਾਏ ਸਨ ਉਹ ਸਾਰੇ ਫਰਾਈ ਹੋ ਗਏ ਨੇ, ਅਤੇ ਬਾਕੀ ਵੀ ਅਸੀਂ ਇਸ ਤਰ੍ਹਾਂ ਕਰ ਲਾਂਗੇ। ਅਤੇ ਸਾਡੀ ਜਿਹੜੀ ਹੈ ਸੁਬਹਾ ਸੁਬਹਾ ਗੈਸ ਗਈ ਹੁੰਦੀ, ਅਤੇ ਬੜੀ ਮੁਸ਼ਕਲ ਅਸੀਂ ਬੱਚਿਆਂ ਨੂੰ ਨਾਸ਼ਤਾ ਬਣਾ ਕੇ ਦਿੰਦੇ ਹਾਂ। ਬੱਚੇ ਜਿਹੜੇ ਕੰਮਾਂ ਵਗੈਰਾ 'ਤੇ ਜਾਂਦੇ, ਕੋਈ ਜਿਹੜੇ ਮਦਰੱਸੇ ਜਾਂਦਾ, ਕੋਈ ਸਕੂਲ ਜਾਂਦਾ, ਅਤੇ ਹੁਣ ਗੈਸ ਆਉਂਦੀ ਸੀ, ਕੰਮ ਸਾਡੇ ਹਜੇ ਸਾਰੇ ਕਰਨ ਵਾਲੇ। ਅਤੇ ਮੈਂ ਕਿਹਾ ਕਿ ਸੁਬਹਾ ਸੁਬਹਾ ਜਿਹੜੀ ਰੈਸਪੀ ਬਣਾ ਕੇ ਅਤੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਨਾ। ਵੀਡੀਓ ਤਾਂ ਮੈਂ ਪਿਛਲੇ ਟਾਈਮ ਹੀ ਪਾਵਾਂਗੀ, ਲੇਕਿਨ ਮੈਂ ਕਿਹਾ ਸੁਬਹਾ ਸੁਬਹਾ ਰੈਸਪੀ ਬਣਾ ਲਵਾਂ, ਅਤੇ ਇਹਨੂੰ ਫਰਿੱਜ 'ਚ ਰੱਖਾਂਗੀ, ਅਤੇ ਬੱਚੇ ਫਿਰ ਆਉਣਗੇ, ਅਤੇ ਫਿਰ ਠੰਡੀ ਠੰਡੀ ਰੈਸਪੀ ਜਿਹੜੀ ਖਾਣਗੇ, ਅਤੇ ਮਜ਼ੇ ਨਾਲ ਇੰਜੋਏ ਕਰਨਗੇ। ਡਬਲ ਰੋਟੀ ਦੇ ਪੀਸ ਮੈਂ ਸਾਰੇ ਗਰਮ ਕਰ ਲਏ, ਘਿਓ ਲਾ ਕੇ। ਅਤੇ ਹੁਣ ਮੈਂ 1 ਕੱਪ ਲਿਆ ਚੀਨੀ ਦਾ, ਅਤੇ ਆਹ 2 ਕਿਲੋ ਹੋਣਾ ਦੁੱਧ ਮੇਰਾ, ਅਤੇ ਚੁੱਲ੍ਹੇ 'ਤੇ ਮੈਂ ਰੱਖਿਆ, ਅਤੇ ਦੁੱਧ ਮੇਰਾ ਹੋ ਗਿਆ ਗਰਮ। ਅਤੇ ਇਹਦੇ ਵਿੱਚ ਚੀਨੀ ਸ਼ਾਮਿਲ ਕਰ ਦਿੰਦੇ ਹਾਂ, ਅਤੇ ਫੁੱਲ ਕਰੀਮ ਮੈਂ ਦੁੱਧ ਲਿਆ ਹੈ, ਤੁਸੀਂ ਵੀ ਫੁੱਲ ਕਰੀਮ ਦੁੱਧ ਲੈਣਾ ਹੈ। ਅਤੇ 2 ਪੈਕਟ ਮੈਂ ਕਸਟਰਡ ਦੇ ਲਏ ਨੇ, ਅਤੇ ਉਹਨੂੰ ਮੈਂ ਥੋੜ੍ਹਾ ਜਿਹਾ ਦੁੱਧ ਮੈਂ ਵੱਖਰਾ ਕਰ ਲਿਆ ਸੀ, ਅਤੇ ਉਹਦੇ ਵਿੱਚ ਮੈਂ ਪਾ ਦਿੱਤਾ, ਅਤੇ ਇਹਨੂੰ ਮਿਕਸ ਕਰ ਲਿਆ, ਅਤੇ ਹੁਣ ਇਹਨੂੰ ਦੁੱਧ ਵਿੱਚ ਸ਼ਾਮਿਲ ਕਰ ਦਿੰਦੇ ਹਾਂ। ਅਤੇ ਮੈਂ ਠੰਡੇ ਦੁੱਧ ਵਿੱਚ ਕਸਟਰਡ ਪਾਇਆ, ਦੁੱਧ ਗਰਮ ਹੀ ਲੈਣਾ, ਠੰਡਾ ਦੁੱਧ ਲੈਣਾ, ਇਹਨੂੰ ਥੋੜ੍ਹਾ ਥੋੜ੍ਹਾ ਕਰਕੇ ਸ਼ਾਮਿਲ ਕਰਨੇ ਆ, ਅਤੇ ਹਿਲਾਈ ਜਾਂਦੇ ਨਾਲ। ਅਤੇ ਮਾਸ਼ਾਅੱਲਾ, ਹਮਾਰੀ ਜਿਹੜੀ ਸਾਡੀ ਰੈਸਪੀ ਬਹੁਤ ਮਜ਼ੇਦਾਰ ਬਣਦੀ, ਅਤੇ ਖਾਣ ਦੇ ਵਿੱਚ ਬਹੁਤ ਮਜ਼ਾ ਆਉਂਦਾ, ਅਤੇ ਬੱਚੇ ਜਿਹੜੇ ਖੁਸ਼ ਹੋ ਕੇ ਖਾ ਲੈਂਦੇ ਨੇ। ਦੁੱਧ ਵਗੈਰਾ ਬੱਚਿਆਂ ਨੂੰ ਦੇਵੋ, ਅਤੇ ਉਹ ਐਡਾ ਖੁਸ਼ ਹੋ ਕੇ ਨਹੀਂ ਪੀਂਦੇ। ਜਿਹੜੀ ਇਹ ਰੈਸਪੀ ਜਦੋਂ ਫਰਿੱਜ 'ਚ ਰੱਖ ਕੇ ਠੰਡੀ ਕਰਕੇ, ਅਤੇ ਬੱਚਿਆਂ ਨੂੰ ਦੇਈਏ, ਅਤੇ ਫਿਰ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ। ਇਹ ਜਿਹੜਾ ਸਾਡਾ ਮਿਕਸਚਰ, ਇਹ ਹੋ ਗਿਆ, ਇਹ ਮਤਲਬ ਕਿ ਪੱਕ ਗਿਆ। ਇਹਨੂੰ ਇੰਨਾ ਕੀ ਗਾੜਾ ਰੱਖਣਾ, ਕਿਉਂਕਿ ਜਦੋਂ ਅਸੀਂ ਡਬਲ ਰੋਟੀ ਦੇ ਉੱਤੇ ਇਹਨੂੰ ਪਾਉਣਾ ਨਾ, ਅਤੇ ਡਬਲ ਰੋਟੀ ਨੇ ਇਹਨੂੰ ਚੂਸ ਲੈਣਾ, ਅਤੇ ਇਹਨੇ ਹੋਰ ਗਾੜਾ ਹੋ ਜਾਣਾ। ਅਤੇ ਹੁਣ ਅਸੀਂ ਇੱਕ ਬਾਊਲ ਲੈ ਕੇ, ਅਤੇ ਉਹਦੇ ਵਿੱਚ ਮੈਂ ਡਬਲ ਰੋਟੀ ਸਾਰੀ ਸੈੱਟ ਕਰ ਲਈ ਆ, ਅਤੇ ਇਹਨੂੰ ਹੁਣ ਅਸੀਂ ਉਹਦੇ ਉੱਤੇ ਪਾ ਦਾਂਗੇ। ਬਿਸਮਿਲ੍ਲਾਹਿਰ ਇਸ ਤਰ੍ਹਾਂ ਕਰਕੇ ਸਾਰਾ ਅਸੀਂ ਇਹਨੂੰ ਇਹਦੇ ਉੱਤੇ ਪਾ ਕੇ, ਅਤੇ ਫਿਰ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਅਸੀਂ ਇੱਕ ਬੋਲ ਦੇ ਵਿੱਚ ਜਿਹੜਾ ਅਸੀਂ ਕਸਟਰਡ ਬਣਾ ਕੇ ਰੱਖਿਆ ਸੀ ਪਾ ਲਿਆ, ਅਤੇ ਹੁਣ ਇਹ ਹੈਗੇ, ਮੈਂ ਕੁਛ ਬਦਾਮ ਲਏ ਅਤੇ ਕੁਛ ਪਿਸਤਾ ਲਿਆ। ਤੁਹਾਡੇ ਕੋਲ ਅਗਰ ਹੋਰ ਵੀ ਹੈ ਮੇਵੇ ਵਗੈਰਾ, ਤੁਸੀਂ ਉਹ ਵੀ ਪਾ ਸਕਦੇ, ਜੇ ਕਾਜੂ ਪਾ ਸਕਦੇ, ਲੇਕਿਨ ਮੇਰੇ ਕੋਲ ਇਹ 2 ਚੀਜ਼ਾਂ ਪਈਆਂ ਸੀ, ਅਤੇ ਮੈਂ ਇਹੋ ਹੀ ਉੱਤੇ ਜਿਹੜੀਆਂ ਇਹਨਾਂ ਦੇ ਨਾਲ ਹੀ ਡੈਕੋਰੇਟ ਕਰ ਦਿੰਦੀ ਹਾਂ। ਅਤੇ ਇਹਨੂੰ ਥੋੜ੍ਹਾ ਠੰਡਾ ਹੋਏਗਾ, ਇਹਨੂੰ ਫਰਿੱਜ ਵਿੱਚ ਰੱਖ ਦਾਂਗੇ, ਅਤੇ ਫਰਿੱਜ ਵਿੱਚ ਰੱਖ ਕੇ ਜਦੋਂ ਇਹਨੂੰ ਕੱਢ ਕੇ ਖਾਵਾਂਗੇ, ਅਤੇ ਇਹ ਹੋਰ ਹੀ ਜਿਹੜਾ ਗਾੜਾ ਹੋ ਜਾਏਗਾ, ਅਤੇ ਬਹੁਤ ਹੀ ਮਜ਼ੇਦਾਰ ਇਹ ਜਿਹੜੀ ਰੈਸਪੀ ਸਾਡੀ 10 ਮਿੰਟਾਂ ਦੇ ਵਿੱਚ ਬਣ ਗਈ ਆ। ਅਗਰ ਕੋਈ ਮਹਿਮਾਨ ਆਵੇ, ਤਾਂ ਤੁਸੀਂ ਜਲਦੀ ਜਲਦੀ ਆ ਜਿਹੜੀ ਰੈਸਪੀ ਬਣਾ ਕੇ, ਅਤੇ ਮਹਿਮਾਨਾਂ ਦੀਆਂ ਜਿਹੜੀਆਂ ਤਾਰੀਫਾਂ ਨੇ ਉਹ ਤੁਸੀਂ ਹਾਸਲ ਕਰ ਸਕਦੇ ਜੇ। ਅਤੇ 10 ਮਿੰਟਾਂ 'ਚ ਬਣ ਜਾਂਦੀ ਹੈ, ਅਤੇ ਤਕਰੀਬਨ 15-20 ਮਿੰਟ ਫਰਿੱਜ 'ਚ ਰੱਖੋ, ਅਤੇ ਠੰਡੀ ਹੋ ਜਾਂਦੀ ਹੈ, ਅਤੇ ਖਾਣ ਦੇ ਵਿੱਚ ਬਹੁਤ ਮਜ਼ੇਦਾਰ ਲੱਗਦੀ ਹੈ, ਅਤੇ ਬੱਚੇ ਵੀ ਇਹਨੂੰ ਬੜੇ ਖੁਸ਼ ਹੋ ਕੇ ਖਾ ਲੈਂਦੇ ਨੇ। ਅਤੇ ਇਹ ਸੀ ਮੇਰੀ ਅੱਜ ਦੀ ਜਿਹੜੀ ਰੈਸਪੀ, ਅਤੇ ਇਹ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰ ਦਿੱਤੀ ਹੈ। ਅਤੇ ਅਗਰ ਤੁਹਾਨੂੰ ਰੈਸਪੀ ਮੇਰੀ ਚੰਗੀ ਲੱਗੇ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ।
ਅਤੇ ਜਿਹੜਾ ਘੰਟੇ ਦਾ ਬਟਨ ਹੈ ਉਹਨੂੰ ਵੀ ਦਬਾ ਦਿਉ, ਅਤੇ ਜਿਹੜੀ ਮੇਰੀ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਉੱਤੇ ਬਾਰ ਵਕਤ ਤੁਹਾਡੇ ਲੋਕਾਂ ਤੱਕ ਪਹੁੰਚ ਸਕੇ। ਅਤੇ ਵੀਵਰ, ਮੈਂ ਉਰਦੂ ਦੇ ਵਿੱਚ ਵੀਡੀਓ ਬਣਾਉਣੀ ਆ, ਅਤੇ ਇਸ ਵਾਸਤੇ ਪੰਜਾਬੀ ਦੇ ਵਿੱਚ ਅੱਜ ਬਣਾਉਣ ਦੇ ਹਾਂ, ਅਤੇ ਥੋੜ੍ਹੀ ਜ਼ਰਾ ਝਿਜਕ ਮਹਿਸੂਸ ਹੁੰਦੀ ਆ। ਅਤੇ ਵੀਵਰ, ਰਮਜ਼ਾਨ ਆ ਚੱਲਾ, ਅਤੇ ਮੇਰਾ ਜਿਹੜਾ ਇਰਾਦਾ ਹੈ ਕਿ ਮੈਂ ਜਿਹੜੇ 3-4 ਘਰ ਯਤੀਮ ਬੱਚੀਆਂ ਅਤੇ ਬੇਵਾ ਔਰਤਾਂ, ਉਹਨਾਂ ਦੀ ਕਫਾਲਤ ਵਾਸਤੇ ਮੈਂ ਚਾਹੁੰਦੀ ਹਾਂ ਕਿ ਮੈਂ ਜਿਹੜਾ ਨਾ ਜ਼ਿੰਮਾ ਜਿਹੜਾ ਮੈਂ ਆਪਣੇ ਸਿਰ ਲਵਾਂ, ਅਤੇ ਉਹਨਾਂ ਦੀ ਮੈਂ ਕੋਈ ਮਦਦ ਕਰਾਂ। ਅਤੇ ਵੀਵਰ, ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰੋ, ਕਿਉਂਕਿ ਮੇਰਾ ਚੈਨਲ ਜਿਹੜਾ ਮੋਨੇਟਾਈਜ਼ ਤਾਂ ਹੋ ਗਿਆ, ਲੇਕਿਨ ਹਜੇ ਤੱਕ ਨਾ ਮੈਨੂੰ ਕੋਈ ਪੇਮੈਂਟ ਨਹੀਂ ਆਈ, ਕੋਈ ਪਿੰਨ ਕੋਡ ਨਹੀਂ ਮੈਨੂੰ ਆਇਆ। ਅਤੇ ਤੁਹਾਡੀ ਮੈਨੂੰ ਸਪੋਰਟ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਹੈ, ਅਤੇ ਤੁਸੀਂ ਜਿਹੜਾ ਮੇਰੀ ਹੈਲਪ ਕਰੋ ਅਤੇ ਮੈਨੂੰ ਸਪੋਰਟ ਕਰੋ, ਤਾਂ ਕਿ ਮੈਂ ਜਿਹੜਾ ਲੋਕਾਂ ਦੀ ਮਦਦ ਕਰ ਸਕਾਂ, ਅਤੇ ਇਸ ਸਵਾਬ ਦੇ ਵਿੱਚ ਤੁਸੀਂ ਵੀ ਨਾਲ ਸ਼ਾਮਿਲ ਹੋ ਜਾਓ। ਅੱਲਾਹ ਤਾਲਾ ਤੁਹਾਨੂੰ ਵੀ ਇਹਦਾ ਅਜਰ ਦੇਵੇ, ਅਤੇ ਮੈਨੂੰ ਵੀ ਦੇਵੇ, ਅਤੇ ਮੇਰੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਮੈਂ ਕਾਮਯਾਬ ਹੋ ਜਾਵਾਂ, ਅਤੇ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਉਹ ਸਮੇਟ ਸਕੀਏ, ਅਤੇ ਲੋਕਾਂ ਦਾ ਅਸੀਂ ਭਲਾ ਕਰ ਸਕੀਏ। ਤੁਹਾਨੂੰ ਵੀ ਅਤੇ ਮੈਨੂੰ ਵੀ ਰੱਬ ਬਹੁਤੀ ਬਹੁਤੀ ਤੋਫੀਕ ਦੇਵੇ ਕਿ ਅਸੀਂ ਇਸ ਕਾਬਲ ਹੋ ਜਾਈਏ, ਅਤੇ ਅੱਲਾਹ ਨੂੰ ਸਾਡੀ ਇਹ ਜਿਹੜੀ ਅਦਾ ਪਸੰਦ ਆ ਜਾਵੇ, ਅਤੇ ਅੱਲਾਹ ਸਾਡੀ ਇਹ ਅਦਾ ਜਿਹੜੀ ਕਬੂਲ ਕਰ ਲਵੇ। ਅਤੇ ਇਹਦੇ ਨਾਲ ਮੈਂ ਅੱਜ ਦੀ ਵੀਡੀਓ ਜਿਹੜੀ ਖਤਮ ਕਰਨੀ ਆ, ਅਤੇ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਮੈਂ ਰਾਬਤੇ 'ਚ ਹੋਵਾਂਗੀ। ਅਤੇ ਇਹਦੇ ਨਾਲ ਮੈਨੂੰ ਇਜਾਜ਼ਤ ਦਿਓ, ਅਤੇ ਅੱਲਾਹ ਹਾਫਿਜ਼।